बिस्मिल्लाहिर्रहमानिर्रहीम, अस्सलाम वालेकुम वरहमतुल्लाहि वबरकातुहु। वेलकम टू फार्मिंग वर्ल्ड। फार्मिंग वर्ल्ड में तमाम दोस्तों को खुश आमदीद कहा जाता है। जी तो दोस्तों, इस वक्त हम मौजूद है जनाब मंडी चढ़ावाला के अंदर। ये मंडी लगती है जनाब सैयद रोड पर, सैयद रोड 40 मोड़ चौक जड़ावाला से 5 किलोमीटर आगे जब आप सैयद रोड पर आएंगे तो राइट साइड पर ये मंडी लगती है। और ये मंडी लगती है जनाब इतवार वाले दिन। तो मंडी की कंप्लीट लोकेशन आपको बता दी है और ये पूरा मंडी का ओवरऑल व्यू है। तो चलिए मंडी के आपको जनरल चेक करवाते हैं। इससे पहले आप फार्मिंग वर्ल्ड यूट्यूब चैनल को कर लें सब्सक्राइब और फेसबुक पेज को कर लें फॉलो, दबा दें दोनों जगह पर घंटी को, एक ही रिक्वेस्ट है। तो चलें चेक करवाते हैं। तो जो दोस्त वीडियो यूट्यूब पर देखते हैं ना यार, यहाँ ऊपर लिंक है, लिंक पर क्लिक करके लाजमी यूट्यूब चैनल फार्मिंग वर्ल्ड को सब्सक्राइब कर लें। लिंक ऊपर दिया है मैंने, फार्मिंग वर्ल्ड चैनल को सब्सक्राइब कर लें। तो चलें जी आपको मंडी की अपडेट देते हैं। और ये जी हमारे सामने माशाल्लाह खूबसूरत तरीन ये कटियाँ ने, ये कटियाँ हैं। और मज़ीद इस मंडी के अंदर जो माल है वो ये सारा ओवरऑल व्यू चेक कर लें। कट्टे हैं, कटियाँ और बछड़े वगैरह हैं, और बछड़ियाँ ऑस्ट्रेलियन और चौलिस्तान है, चौलिस्तान नस्ल की हैं। और चलें तो ये सबसे पहले जो लाट हमारे सामने खड़ी है इनके ऑनर से डिस्कशन करते हैं और रेट पूछते हैं कि इनके अंदर कौन कौन सी नस्ल है और क्या डिमांड कर रहे हैं। नीली की नस्ल है। अस्सलाम वालेकुम। वालेकुम सलाम जी। हाँ जी बुजुर्गों, की हाल है थोड़ा? तबीयत से ठीक जी? अच्छा जी, सब तो पहले तो बुजुर्गो अपना तारफ करा दो, नाम की थोड़ा? अकबर शाह जी। ਤੁਸੀਂ ਕਿਹੜਾ ਇਲਾਕੇ ਤੋਂ ਰੱਖਦੇ ਜੀ? ਅਸੀਂ ਜੀ ਤਹਿਸੀਲ ਜੜਾਂ ਵਾਲੇ ਵਿੱਚ। ਓਕੇ ਓਕੇ ਜੀ। ਤੇ ਮਾਸ਼ਾਅੱਲਾ ਇਹਨੇ ਵਿੱਚ ਕਿਹੜੀ ਕਿਹੜੀ ਨਸਲ ਆਇਆ? ਇਹਦੇ ਜੀ ਲੁੱਡਣ ਹੈ, ਬਾਵਲਪੁਰ ਹੈ। ਲੁੱਡਣ ਬਾਵਲਪੁਰ ਤੇ ਹੋਰ ਚੀਚਾ ਵਿਤਨੀ, ਚੀਚਾ ਵਿਤਨੀ ਨੀਲੀ, ਆ ਨੀਲੀ ਪੈਂਦੀ ਹੈ ਜੀ। ਅੱਛਾ ਜੀ, ਸਿੰਘ ਵੀ ਮਾਸ਼ਾਅੱਲਾ ਉੱਥੋਂ ਲਿਆਉਂਦੇ ਆ। ਸਿੰਘ ਵੀ ਮਾਸ਼ਾਅੱਲਾ ਟਾਇਰ ਨੇ ਤੇ ਦੁੱਧ ਵਾਲੀਆਂ ਪਸ਼ਮਾ ਫੁੱਲ ਜਿਹੜੀਆਂ ਨਾ ਮਾਸ਼ਾਅੱਲਾ ਦੁੱਧ ਤੇ ਪਲੀਆਂ ਕੱਟੀਆਂ ਨੇ। ਚੂਰ ਪੁੰਡੀ ਸਾਰੇ ਖੀਰੀਆਂ ਜੀ, ਖੀਰੀਆਂ ਨੇ। ਹਾਂਜੀ ਮਾਸ਼ਾਅੱਲਾ। ਕਿੰਨਾ ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ? ਡੇਢ ਸਾਲ ਤੋਂ ਲੈ ਕੇ ਪੌਣੇ ਦੋ ਦੋ ਸਾਲ ਤੱਕ ਇਹਨਾਂ ਦੀ ਉਮਰ ਹੈ ਆ। ਅੱਛਾ, ਤੇ ਕੀ ਡਿਮਾਂਡ ਕਰ ਰਿਹਾ ਜੀ? ਡਿਮਾਂਡ ਇਹਨਾਂ ਦਾ 85 ਇੱਕ 80 ਇੱਕ 75 ਉਹ 75 ਫਾਈਨਲ ਕਿੰਨੇ ਦੇ ਦੇ, ਕਿੰਨੀਆਂ ਨੇ ਤੁਹਾਡੇ ਕੋਲ ਫਾਈਨਲ ਜੀ? ਨਹੀਂ ਸੱਤ ਇਕੱਠੀਆਂ ਕੋਲ ਫਿਰ ਕਿੰਨੇ ਦਿਓਗੇ? ਹੈਂ, ਸੱਤ ਇਕੱਠੀਆਂ ਲਾਵੇ ਫਿਰ 75 ਹਜ਼ਾਰ ਦੇ ਪੁੱਠੇ ਨਾਲ ਦੇ ਦੇ। ਨਹੀਂ ਕੋਈ ਥੋੜੀ ਪਿਆਰ ਮੁਹੱਬਤ ਫਿਰ ਵੀ ਕਰ, ਪਿਆਰ ਮੁਹੱਬਤ ਵਾਲੀ ਗੱਲ ਹੈ। ਵਜ਼ਨ ਕਿੰਨਾ ਕਿੰਨਾ ਆ ਜਾਂਦਾ? ਵਜ਼ਨ ਇਹਨਾਂ ਦਾ ਤਾਂ ਕਿਸੇ ਦਾ 4 ਮਣ, ਕਿਸੇ 3.5 ਮਣ, ਕਿਸੇ ਦਾ 4 ਮਣ। 4 ਮਣ, 3.5 ਮਣ, 3 ਮਣ ਤੋਂ ਘੱਟ ਨਹੀਂ ਆ। 150 ਕਿਲੋ ਦਿੱਤੇ ਉੱਤੇ ਹੈ ਨਹੀਂ? ਹਾਂ, 150 ਕਿਲੋ, 160 ਕਿਲੋ, 170 ਕਿਲੋ, 80 ਕਿਲੋ ਇਸ ਤੱਕ ਹੀ ਵਜ਼ਨ। ਅੱਛਾ, ਤੇ ਇਹ 200 ਚੈੱਕ ਕਰ ਲਓ ਫਿਰ ਇਹਨਾਂ ਕੋਲੋਂ। ਇਹ ਚੈੱਕ ਕਰ ਲੈਣ ਜੀ, ਮਾਸ਼ਾਅੱਲਾ ਖੂਬਸੂਰਤ ਹੈ। 4.5 ਮਣ, 4 ਮਣ ਜੁੜੀਆਂ ਹੁੰਦੀਆਂ, 4 ਮਣ ਸੇ ਲੇਕਰ 4.5 ਮਣ ਤੱਕ ਇਨਕਾ ਜੀ ਜਨਾਬ ਲਾਈਵ ਵੇਟ ਹੈ। ਔਰ ਇਹ ਚੈੱਕ ਕਰੇ ਹੁਣ, ਮਜ਼ੀਦ ਜੋ ਹੈ ਬਾਰਿਸ਼ ਹੋ ਰਹੀ ਹੈ ਮੰਡੀ ਕੇ ਅੰਦਰ। ਇਹ ਚੈੱਕ ਕਰੇ ਜੀ ਮਾਸ਼ਾਅੱਲਾ, ਇਹ ਦੇਖੇ ਜੀ, ਇਹ ਪਿੱਛਾ ਚੈੱਕ ਕਰੇ ਇਸਕਾ, ਬਿਲਕੁਲ ਕੂਲਿੰਗ ਹੈ ਮਾਸ਼ਾਅੱਲਾ, ਹੈਲਥੀ ਹੈ ਔਰ ਫਿਟਨੈਸ ਵਾਲੀ ਹੈ ਮਾਸ਼ਾਅੱਲਾ। ਇਹ ਵਾਲੀ ਚੈੱਕ ਕਰੇ ਮਜ਼ੀਦ ਆ ਗਏ, ਔਰ ਅੱਗੇ ਦੱਸੋ ਜੀ ਹੈ ਵਾਲੀ ਇਹ ਵਾਲੀ। ਅੱਛਾ ਬਜ਼ੁਰਗੋ, ਇੱਧਰ ਅੱਗੇ ਆ ਜਾਓ, ਆਪਣਾ ਨੰਬਰ ਦੱਸ ਦਿਓ ਤੇ। 0347। ਅੱਛਾ ਜੀ, 7352 324। ਕਿਵੇਂ ਮੰਡੀ 'ਚ ਕਿ ਹਰ ਇਤਵਾਰ ਦੀ ਇਤਵਾਰ ਨਹੀਂ ਆਉਂਦੇ ਜੀ? ਅਸੀਂ ਇਤਵਾਰ ਦਾ ਇਤਵਾਰ ਇੱਥੇ ਘੱਟ ਹੀ ਆਉਂਦੇ ਹਾਂ, ਅਸੀਂ ਘਰ ਜ਼ਿਆਦਾ ਆਉਂਦੇ ਹਾਂ ਜਾਂ ਮੱਲੋ ਮੋੜ 'ਤੇ ਆਉਂਦੇ ਹਾਂ। ਮੱਲੋ ਮੋੜ? ਹਾਂ। ਉਹ ਕਦੋਂ ਲੱਗਦੀ ਮੰਡੀ? ਉਹ ਆਉਂਦੀ ਹਫ਼ਤੇ ਵਾਲੇ ਦਿਨ। ਕਿਹੜੀ ਸਾਈਡ 'ਤੇ ਲੱਗਦੀ ਹੈ? ਉਹ ਜੰਗ ਤੋਂ ਅੱਗੇ ਲੱਗਦੀ ਹੈ। ਜੰਗ ਤੋਂ ਤਾਂ ਬਹੁਤ ਦੂਰ ਇੱਥੋਂ, ਇੱਥੇ ਪਿੰਡ ਆ ਜਾਓ ਤੁਸੀਂ, ਸਮੁੰਦਰ ਪਿੰਡ 283। ਸਮੁੰਦਰੀ? ਸਮੁੰਦਰ ਪਿੰਡ ਹੈ 283। ਹਾਂ, ਰੋਡਾਲਾ ਸਟੇਸ਼ਨ। ਰੋਡਾਲਾ ਸਟੇਸ਼ਨ? ਅੱਛਾ, ਤੁਹਾਡਾ ਐਡਰੈਸ ਹੈ ਮੁਕੰਮਲ? ਹਾਂਜੀ। ਚਲੋ ਠੀਕ ਹੋ ਗਿਆ, ਕਿਸੇ ਕੋ ਪੁੱਛ ਲਓ ਵੇਚ ਕਿਹੜੇ ਸ਼ਾਹ ਵਪਾਰੀ ਨਾਲ ਨੂੰ ਮਿਲਣਾ। ਅੱਛਾ, ਚਲੋ ਨੰਬਰ ਦੁਬਾਰਾ ਫਿਰ ਵੀ ਦੱਸ ਦਿਓ ਦਾ। 0347। ਅੱਛਾ, 7352 324। ਓਕੇ ਹੋ ਗਿਆ ਜੀ, ਅੱਛਾ ਓਕੇ ਜੀ। ਲੈ ਜੀ ਦੋਸਤੋ, ਇਹ ਆਗੇ ਹਮ ਪਹੁੰਚ ਚੁੱਕੇ ਹਾਂ ਜੀ ਜਨਾਬ, ਯਹਾਂ ਮਾਸ਼ਾਅੱਲਾ ਖੂਬਸੂਰਤ ਤਰੀਨ ਬਛੜੀਆਂ ਔਰ ਸਰਦੀ ਕੇ ਅੰਦਰ ਕਾਂਪ ਰਹੀ ਹੈ ਔਰ ਸਾਥ ਸਾਥ ਬਾਰਿਸ਼ ਹੋ ਰਹੀ ਹੈ। ਤੋ ਚਲੇ ਯੇ ਸਬਸੇ ਪਹਿਲੇ ਅੱਛੀ ਤਰ੍ਹਾਂ ਮਾਸ਼ਾਅੱਲਾ ਚੈੱਕ ਕਰੇ, ਫਿਰ ਇਨਕੇ ਜੋ ਓਨਰ ਹੈ ਉਨਸੇ ਡਿਸਕਸ਼ਨ ਕਰਤੇ ਹੈ ਔਰ ਰੇਟ ਪੁੱਛਤੇ ਹੈ ਕਿ ਵੋ ਇਨਕੀ ਕਿਆ ਡਿਮਾਂਡ ਕਰ ਰਹੇ ਹੈ। ਯੇ ਮਾਸ਼ਾਅੱਲਾ ਆਪਕੇ ਸਾਹਮਣੇ ਹੀ ਹੈ, ਖੂਬਸੂਰਤ ਹੈ ਔਰ ਯੇ ਜਿਸ ਤਰ੍ਹਾਂ ਦੁੱਧ ਪਰ ਪਲੀਏ ਸਿਹਤ ਚੈੱਕ ਕਰੇ, ਹੈਲਥੀ ਹੈ ਮਾਸ਼ਾਅੱਲਾ ਔਰ ਖੂਬਸੂਰਤੀ ਮੇਂ ਆਪਣਾ ਹੀ ਕਿਰਦਾਰ ਹੈ। ਤੋ ਮਜ਼ੀਦ ਅੱਗੇ ਵੋ ਬਛੜੇ ਵੀ ਖੜੇ ਹੈ,
तो पहले आप ये वाली जो बछड़ियाँ हैं ये चेक कर लें, फिर इनके ऑनर से डिस्कशन करते हैं कि वो इनकी क्या मांग कर रहे हैं और कंप्लीट इंशाल्लाह गाइड करेंगे। तो चेक करें जी। अस्सलाम वालेकुम। वालेकुम सलाम। बुजुर्गो तबीयत से ठीक जी? ठीक है। सब तो पहले तो अपना इसमें ग्रामी दसो, अपना नाम की है? इब्राहिम। अच्छा माशाल्लाह जी, तुसी केड़े इलाके तो रहते जी? ਇੱਥੇ ਤਲਾ ਗੰਗੂ ਬੱਚੇ ਲਿਆਉਣਾ ਤੇ ਇੱਥੇ ਵੇਚਣਾ ਜਿਹੜਾ। ਅੱਛਾ, ਕਿੰਨੇ ਕੁਰਸੇ ਤੋਂ ਕਰ ਰਹੇ ਜੀ? ਕਿੰਨੇ ਕੁਰਸੇ ਤੋਂ ਕਰ ਰਹੇ ਵਪਾਰ? ਵਪਾਰ ਤਾਂ ਕੋਈ 40 ਸਾਲ ਹੋ ਗਿਆ। 40 ਸਾਲ ਤੋਂ ਕਰ ਰਹੀ ਮਾਸ਼ਾਅੱਲਾ। ਤੇ ਤੁਹਾਡਾ 40 ਸਾਲ ਦਾ ਨਤੀਜਾ ਸਾਹਮਣੇ ਹੀ ਖੜਾ ਦੋਸਤਾਂ ਨੇ ਮਾਸ਼ਾਅੱਲਾ। ਖੂਬਸੂਰਤ ਹੈ। ਤੇ ਇਹ ਬੱਚੀਆਂ ਨੇ? ਹਾਂਜੀ ਬੱਚੇ ਨੇ। ਬੱਚੇ? ਹਾਂ ਬੱਚੀਆਂ ਨਹੀਂ, ਬੱਚੀਆਂ ਨਹੀਂ, ਗੰਨੀਆਂ ਦੇ ਬੱਚੇ। ਬੱਚੇ ਨੇ ਸੁੰਗੜੇ ਭਾਵੇਂ ਫੁੱਲ ਹੀ ਲੱਗ ਰਹੇ ਨੇ ਬੱਚੀਆਂ ਨੇ। ਹੁਣ ਕਰ ਬਾਹਰ ਮੌਸਮ ਹੋ ਜਾਇਆ, ਮੌਸਮ ਹੈ। ਚਲੋ ਠੀਕ ਹੋ ਗਿਆ। ਤੇ ਚੌਲਸਤਾਨੀ ਦੇ ਵਿੱਚ ਹੋਰ ਕਿਹੜੇ ਕਿਹੜੇ ਆਏ ਨੇ ਦੱਸੋ ਆਪ ਹੀ? ਹੋਰ ਕਿਹੜੇ ਨੇ ਦੱਸੋ? ਕਿਹੜੀ ਕਿਹੜੀ ਵਿੱਚ? ਧੰਨੀ ਦੇ ਚੌਲਸਤਾਨੀ ਹੋਰ? ਅਤੇ ਕਿੰਨੀ ਕਿੰਨੀ ਉਮਰ ਦੇ ਨੇ? ਦੋ ਸਾਲਾਂ ਟਾਈਟ। ਕੱਚੇ ਖੀਰੇ ਨੇ? ਕੱਚੇ। ਅੱਛਾ, ਅਤੇ ਕੀ ਡਿਮਾਂਡ ਕਰ ਰਹੇ ਜੀ? ਡਿਮਾਂਡ ਹੁਣ ਜਿਹੜੀ ਡੰਗਰ ਪਸੰਦ ਕਰ ਸਨ ਉਹਨਾਂ ਦੀ ਬਿੱਲ ਫਰਜ਼ ਦੱਸ ਦਿਓ ਇੱਕ ਪੁੱਠੇ ਦੀ। ਡਿਮਾਂਡ 60,000-65,000 ਤੱਕ ਬੱਚਾ ਹੈ। ਤੇ ਕਿੰਨੇ ਆਏ ਨੇ ਤੁਹਾਡੇ ਕੋਲ? ਅੱਛਾ 14 ਬੱਚੇ ਨੇ। ਅੱਛਾ ਬਜ਼ੁਰਗੋ, ਅਤੇ ਉਹ ਤਾਂ ਚਾਹ ਪੀ ਰਿਹਾ ਸੀ, ਤੁਸੀਂ ਇਹ 14 ਬੱਚੇ ਦੱਸੇ ਨੇ ਮਾਸ਼ਾਅੱਲਾ, ਅਤੇ 14 ਨੇ 14 ਇਕੱਠੇ ਲਵੇ ਫਿਰ ਕਿਵੇਂ ਜਾਊਗਾ ਪੁੱਠਾ? ਉਹਨੇ ਇੱਕ ਦੱਸਿਆ 65 ਦੇ ਹਿਸਾਬ ਨਾਲ, 14 ਨੇ 14 55 ਨੂੰ। ਬਹੁਤ ਜ਼ਿਆਦਾ ਰੇਟ ਹੈ ਤੁਹਾਡਾ, ਬਹੁਤ ਜ਼ਿਆਦਾ ਰੇਟ, ਬਹੁਤ ਜ਼ਿਆਦਾ ਤੁਹਾਡਾ ਬਜ਼ੁਰਗੋ। ਨਸਲਾਂ ਦਾ ਫਰਕ ਹੁੰਦਾ, ਨਸਲਾਂ ਦਾ ਫਰਕ ਹੈ। ਇਹ ਦੌੜੀ ਬੱਚੇ ਨੇ? ਹਾਂ ਦੌੜੀ ਬੱਚੇ ਨੇ। ਚਲੋ ਠੀਕ ਹੈ। ਵਾਕੂ ਖੂਬਸੂਰਤ ਨੇ ਮਾਸ਼ਾਅੱਲਾ ਅੱਛੇ ਨੇ। ਅਤੇ ਆਪਣਾ ਮੋਬਾਈਲ ਨੰਬਰ ਦੱਸ ਦਿਆ ਜੀ। ਮੋਬਾਈਲ ਨੰਬਰ 0341 0341 58 159 ਉਹ ਪਿੱਛੇ ਬੱਚੇ ਤੁਹਾਡੇ ਨੇ? ਪਿਛਲੇ ਆਪਣੇ ਨੇ, ਉਹ ਪਿੱਛੇ ਵੀ ਆਪਣੇ ਨੇ, ਉਹ ਪਿੱਛੇ ਜਿਹੜੇ ਖੜੇ ਨੇ ਉਹ ਉੱਧਰ, ਉਹ ਵੀ ਤੁਹਾਡੇ ਨੇ? ਚਲੋ ਵੀ ਚੈੱਕ ਕਰਾ ਦਿੰਦੇ ਹਾਂ। ਤੋ ਆਗੇ ਜੀ ਮਜ਼ੀਦ ਯੇ ਵਾਲੇ ਇਨਕੇ ਪਾਸ ਖੜੇ ਹੈਂ, ਯੇ ਚੈੱਕ ਕਰਨੇ। ਕੱਢ ਲਓ, ਕੋਈ ਮਸਲਾ ਨਹੀਂ, ਕੱਢ ਲਓ ਕੱਢ ਲਓ। ਚਾਲ ਡਾਲ ਚੈੱਕ ਕਰਾਓ ਜਨਾਬ ਇਹਦੀ ਤੁਸੀਂ। ਓਕੇ ਹੋ ਗਿਆ ਜੀ। ਭਾਈ ਤਾਂ ਹਵਾ ਵੀ ਯਾਰ ਭਾਰੂ ਨਹੀਂ, ਠੰਡ ਰਹਿੰਦਾ ਬਹੁਤ ਜ਼ਿਆਦਾ, ਠੰਡੀ ਆਵਾਜ਼, ਉੱਤੋਂ ਬਾਰਿਸ਼ ਹੋ ਰਹੀ ਹੈ। ਅੱਗੇ ਮਜ਼ੀਦ ਜੀ ਇਹ ਵਾਲਾ ਚੈੱਕ ਕਰ ਲਏ ਜੀ। ਓਕੇ ਹੋ ਗਿਆ ਜਨਾਬ। ਲੈ ਜੀ ਦੋਸਤੋ ਆਗੇ ਇਹ ਵਾਲੀ ਚੈੱਕ ਕਰ ਲੇ ਜੀ। ਇਹ ਮਿਆਰ ਔਰ ਕੁਆਲਿਟੀ ਦੋਸਤੋ ਆਪਕੇ ਸਾਹਮਣੇ ਖੜਾ ਹੈ। ਔਰ ਮਜ਼ੀਦ ਇਹ ਵਾਲੀ ਚੈੱਕ ਕਰੇ ਜੀ, ਔਰ ਆਗੇ ਇਹ ਵਾਲੀ ਹੈ, ਔਰ ਇਸਕੇ ਸਾਥ ਜਨਾਬ ਇਹ ਖੜੀ ਹੈ ਜੀ। ਸਭ ਪਹਿਲੇ ਚੈੱਕ ਕਰੇ ਜੀ, ਨਹੀਂ ਵੀਰ ਜੀ ਖਤਰੇ ਨਹੀਂ ਹੈਗੀਆਂ ਇਹ ਜਨਾਬ, ਅਸੀਂ ਹਰ ਮੰਡੀ ਜਾਂਦੇ ਰਹਿੰਦੇ ਹਾਂ ਅਤੇ ਮੰਡੀਆਂ ਦੇ ਅਪਰੇਟ ਦੇ ਰੇਟ ਦੇਈਏ ਮੰਡੀਆਂ ਦੇ। ਨਹੀਂ ਨਹੀਂ ਉਹ ਵਾਲੀ ਹਿਸਾਬ ਹੈਗਾ ਸਾਡਾ। ਮਜ਼ੀਦ ਇਹ ਚੈੱਕ ਕਰੇ, ਔਰ ਇਹ ਹੈ ਜੀ ਜਨਾਬ ਡਰਾਈਵਰ ਸਾਹਿਬ। ਗੁੱਡ ਜਨਾਬ, ਕੈਸੇ ਹੋ? ਠੀਕ ਠਾਕ ਜੇ? ਚਲੋ ਜੀ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਅੱਲਾਹ ਤਾਲਾ ਤੁਹਾਨੂੰ ਬਰਕਤ ਦੇਵੇ। ਇਹ ਮਾਸ਼ਾਅੱਲਾ ਚੈੱਕ ਕਰੋ, ਵਪਾਰੀ। ਅਸਲਾਮ ਅਲੈਕਮ। ਵਾਲੇਕਮ ਅਸਲਾਮ। ਉਹ ਪਿਆਰੇ ਵੀਰ ਜੀ ਕੀ ਹਾਲ ਜੀ? ਅੱਲਾਹ ਦਾ ਸ਼ੁਕਰ ਹੈ ਜੀ, ਤੁਸੀਂ ਸੁਣਾਓ? ਅਲਹਮਦੁਲਿਲਾ। ਅੱਛਾ ਸਭ ਤੋਂ ਪਹਿਲੇ ਤਾਂ ਆਪਣਾ ਇਸਮੇ ਗ੍ਰਾਮੀ ਦੱਸੋ, ਆਪਣਾ ਨਾਂ ਦੱਸੋ। ਮੇਰਾ ਨਾਂ ਸ਼ਹਾਦਤ ਹੈ। ਅੱਛਾ ਸ਼ਹਾਦਤ ਵੀਰ ਜੀ, ਤੁਸੀਂ ਸਭ ਤੋਂ ਪਹਿਲੇ ਦੱਸੋ ਕਿਹੜੇ ਇਲਾਕੇ ਤੋਂ ਰੱਖਦੇ ਜੀ? ਅਸੀਂ ਜਨਾਬ ਯਹਾਂ ਤਾਂਦਲੇ ਮੰਡੀ ਦੇ। ਤਾਂਦਲੀਆਂ ਵਾਲੀ ਮੰਡੀ ਦੇ? ਹਾਂਜੀ ਤਾਂਦਲਾ ਮੰਡੀ। ਤਾਂਦਲਾ ਮੰਡੀ, ਅੱਛਾ ਜੀ। ਤੇ ਇਹ ਤੁਹਾਡੇ ਕੋਲ ਵੱਛੇ ਨੇ ਸਾਰੇ? ਹਾਂਜੀ ਵੱਛੇ। ਤੇ ਵੱਛੀਆਂ ਵੀ ਆਏ ਨੇ? ਵੱਛੀਆਂ ਨਹੀਂ ਆਏ, ਵੱਛੇ ਵੱਛੀ ਇੱਕੇ? ਹਾਂਜੀ ਵੱਛੀ। ਅੱਛਾ ਇੱਕ ਵੱਛੀ ਹੈ। ਤੇ ਕਿੰਨਾ ਕਿੰਨਾ ਵਜ਼ਨ ਹੈ ਇਹਨਾਂ ਦਾ? ਇਹਨਾਂ ਦਾ ਜੀ ਕਿਸੇ ਦਾ 2 ਮਣ ਹੈ, ਕਿਸੇ ਦਾ 1.5 ਮਣ, ਕਿਸੇ ਦਾ 2.5 ਮਣ, ਪਰ ਕੁਝ ਮਣ ਤਾਂ ਵੀ ਹੈ ਜੀ। ਜ਼ਿੰਦਾ ਵਜ਼ਨ ਦੱਸ ਰਹੇ ਇਹਨੂੰ ਤੁਸੀਂ? ਜ਼ਿੰਦਾ? ਹਾਂਜੀ ਜ਼ਿੰਦਾ। 80 ਕਿਲੋ ਤੋਂ ਲੈ ਕੇ 100 ਕਿਲੋ ਤੱਕ? 120 ਕਿਲੋ ਤੱਕ? ਹਾਂਜੀ। ਅੱਛਾ 220 ਤਾਂ ਵੀ ਹੈ। 220 ਦਾ ਕਿਹੜਾ ਫਿਰ? ਉਹ ਉਹਦੇ ਉਸ ਗੱਡੀ ਨਾਲ ਹੈ। ਉਹ ਨਾਲ ਨੇ? ਹਾਂ। ਅੱਛਾ ਚਲੋ ਠੀਕ ਹੈ, ਉਹ ਵੀ ਬਣਾ ਲੈਂਦੇ ਹਾਂ। ਹਾਂਜੀ। ਤੇ ਸਭ ਤੋਂ ਪਹਿਲੇ ਤੇ ਇਹਨਾਂ ਦੀ ਦੱਸੋ ਕੀ ਡਿਮਾਂਡ ਕਰ ਰਹੇ ਜੀ? ਇਹਨਾਂ ਦਾ ਜੀ, ਇਹਨਾਂ ਦਾ ਸਾਰਿਆਂ ਦਾ ਵਚਨ ਇੱਕ ਹੀ ਮੁੱਲ ਹੈ, 45,000-45,000 ਰੁਪਏ ਲੈ ਲਵਾਂਗੇ। 45,000-45,000? ਹਾਂਜੀ। ਬਹੁਤ ਜ਼ਿਆਦਾ ਹੈ। ਜ਼ਿਆਦਾ ਕੋਈ ਨਹੀਂ, ਇਹ ਸ਼ੌਂਕ ਵਾਲੇ ਬੱਚੇ ਨਾਲ ਲਾ ਰਾਖੂ। ਹਾਂਜੀ ਚਲੋ ਰਾਖੂ ਨੇ, ਮੈਂ ਚੈੱਕ ਕਰਾ ਦਿੰਦਾ। ਕਿਹੜੀ ਮੰਡੀ ਲੈ ਕੇ ਆਏ ਹੋ? ਤਲਾਗੰਗ। ਤਲਾਗੰਗ? ਤਲਾਗੰਗ ਉਹ ਕਿਹੜੀ ਮੰਡੀ ਹੈ? ਉਹ ਰਾਵਲਪਿੰਡੀ ਦੇ ਨਾਲ ਤਲਾਗੰਗ। ਰਾਵਲਪਿੰਡੀ ਉਹ ਇਸਲਾਮਾਬਾਦ ਵਾਲੇ? ਹਾਂਜੀ। ਚਲੋ ਜੀ, ਉਹ ਮੁਲਤਾਨ ਦਾ ਮਾਲ ਹੈ। ਚਲੋ ਅੱਗੇ ਪਹਿਲੇ ਚੈੱਕ ਕਰਾਉਣੇ ਨੇ, ਫਿਰ ਨੰਬਰ ਤੁਹਾਡੇ ਕੋਲ ਪੁੱਛਣੇ ਆ। ਇਹ ਚੈੱਕ ਕਰੇ ਜੀ, ਨੰਬਰ ਵਟਸਐਪ ਦਾ ਲੈ ਲਓ। ਲੈ ਲੈਣੇ, ਕੋਈ ਮਸਲਾ ਨਹੀਂ ਹੈ।
अच्छा अगे थोड़े ने कि थोड़े ने चल पहले चेक करा लेने ले जी आगे ये वाले चेक करें जी बछड़े सर्दी बहुत है और यूट्यूब काफी ढिले है ने बच्चे की मसला है चलो ये पर सारे वे बहा लेने थोड़े वेख लेने के बड़े ने चलो जी माशाल्लाह एक दांत थोड़ा तकरीबन नॉर्मल है तकरीबन नॉर्मल है ये नहीं मैं कहता कि फुल टायर है नॉर्मल है अगे चेक करो जी मजीद अगे जनाब जी ए चेक करो और आगे जनाब ये चेक करें चलें जी ये चेक करते हैं सली करें अच्छा यहाँ सामने आ जाएं जनाब इनकी क्या डिमांड कर रहे हैं इनका ओ कड़े बड़े बच्चे देखे दो पचानवे मांग रहे हैं किन्ने दाने हैं टोटल ये टोटल दाने हैं 19 अच्छा एक पुट्ठा किवें दे रहे हैं जी ये पुट्ठा लग जाएगा 65,000 65,000 हां जी बड़े बच्चे हैं ना अच्छा ते 19 इकट्ठे लवे ते फिर 19 इकट्ठे जायज कर लवांगे बिल फर्ज है दसो भी हां जी 60 ला लवांगे और जायज कर लाएंगे ना नहीं वेट वीडियो रे वेट दसो की करोगे 55,000 पुट्ठा ला लवांगे 55 दे बाकी मोड़ भी कमी बेशी करोगे उन्नी ने उन्नी भैया मजाक नहीं है कमी पैसी कट दीती है लाला अच्छा हां जी थोड़ी जी होए तो प्यार मोहब्बत कर लवांगे अच्छा कुछ प्यार मोहब्बत करेंगे अच्छा दोबारा फिर नंबर दस दियो 03 18 अगे 70 59 70 59 890 है व्हाट्सएप का नंबर मेरा ओके ना की तुसी दसया शहादत शहादत ओके हो गया ते मंडी च इतवार ही आंदे जी इतवार उन्ना जी हां जी ते बोदल ने लगदी मंडी कि नहीं ओ ते नियमण लगदी उत्थे भी जाना ओ मंगल मामू कहां जाना लेकिन उत्थे जानवर नहीं होंदे ले जी जनाब दोस्तों ये आगे चेक कर ले बारिश तेज हो रही है और ये चेक कर ले मजीद जी कट्टे ने कट्टियां ने ये कट्टे हैं जी ढिले पै पे कट्टे इंज लगते मुझे कट्टियां हैं ठंड है ना ठंड है बच्चा है जनाब ये बछड़ा है तो चारा वगैरह नहीं क्या डाला हुआ है सैड तो कर गया थोड़ा जा अस्सलाम वालेकुम सब तो पहले तो अपना तारफ थोड़ा उसी बोलो ਮੈਂ ਜਿਹੜਾ ਰਜਵਾਨ ਸ਼ਦੂ ਜੋਗ ਤੋਂ ਰਜਵਾਨ ਸ਼ਦੂ ਜੋਗ ਤੋਂ ਅਰਸ਼ਦ ਅੱਛਾ ਅਰਸ਼ਦ ਹਾਂਜੀ ਅੱਛਾ ਤੇ ਕੀ ਡਿਮਾਂਡ ਕਰ ਰਹੇ ਜੀ 62,000 ਰੁਪਏ ਪੁੱਠਾ ਨਹੀਂ ਨਹੀਂ ਇਹਦੇ ਫੜੇ ਵੈਡ ਦੇ ਤੋਂ ਮਾਤਾ ਫੜੇ ਕੱਟੇ ਨੇ ਇਹਦੇ 50,000 ਰੁਪਏ ਤੇ ਸਾਰੇ ਟੋਟਲ ਜਿਹੜੇ ਚਾਰ ਤੁਹਾਡੇ ਕੋਲ ਹਨ ਚਾਰ ਇਕੱਠੇ ਕੋਲ ਕਿਵੇਂ ਦੇਓਗੇ ਦੱਸੋ ਮੈਂ ਆਖਿਆ ਸੀ ਜਿਹੜੇ ਪੜ੍ਹ ਲੈਂਦੇ ਆ ਮੇਰੇ ਇਹਨਾਂ ਨੰਬਰ ਨਹੀਂ ਬੈਠ ਗਏ ਚੱਲ ਜਿੰਦਾ ਵੀ ਦੱਸੋ ਭਾਵੇਂ ਕਿਸੇ ਵਾਕਾ ਤੋਂ ਦੱਸੋ ਨਾ 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 ਮੈਂ ਤੁਹਾਨੂੰ ਕੀ ਆਖਿਆ ਸੀ ਮੈਂ ਆਖਿਆ ਅਸੀਂ ਜਾਂਦੇ ਰਹੇ ਮੰਡੀਆਂ ਦੇ ਵਿੱਚ ਸਾਨੂੰ ਪਤਾ ਹੁੰਦਾ ਨੰਬਰ ਤੁਹਾਡੇ ਕੋਲ ਹੈਗਾ ਚਲੋ ਠੀਕ ਹੈ ਤੁਸੀਂ ਨੰਬਰ ਨਹੀਂ ਦੇਣਾ ਇਕੱਲਿਆਂ ਦਾ ਗੱਲ ਹੈ ਤਾਂ ਚਾਰ ਇਕੱਠੇ ਕੋਲ ਕਿਵੇਂ ਦਿਓਗੇ ਪੁੱਠਾ ਹੈਲੋ ਇਹ ਚੈੱਕ ਕਰੇ ਜੀ ਮਾਸ਼ਾਅੱਲਾ ਤਸੱਲੀ ਕਰ ਲੈ ਤੋ ਰੇਟ ਫਿਕਸ ਜੋ ਹੈ ਇਨਕਾ ਤਕਰੀਬਨ ਮਿਨੀਮਮ ਹੈ 45 से 50 के राउंड अबाउट आए इनका रेट है तो वो कॉल उन्हें आ गई थी।